बिस्मिल्लाह रहमान रहीम। अस्सलाम वालेकुम दोस्तों, की हाल चाल है? तुसी देखदे पए शदरी टीवी ते मैं तुहाडा मेज़बान मुहम्मद गफार। सब तो पहले चैनल सबसक्राइब कर लो, बैल आइकान का बटन दबा लो, हर आने वाली वीडियो तुहानू पहुंचे। तुसी वेखो रोज़ दी निस्बत इंशाल्लाह इंशाल्लाह बा फज़ले खुदा चंगे चंगे जानवर तुहाडे वास्ते नीजी ते कढ के ब्रांड लैके आईदे ने। अज एक गां दी वीडियो ग्वालन दुध वाली दी वीडियो लैके होए हाज़र। बकाया गां दी डिटेल, गां दे मामलात, गां दा सारा हिसाब किताब ये मालक दे जबानी पुछ के तुहानू देंगे। इस चीज़ का तुहानू पता है गावां दी वीडियो बड़ी घट अपलोड करी दी है। बकाया सौदा तो नाल नसीब दे हुंदा है। किसी नू कोई जानवर पसंद हुंदा, किसी नू कोई हुंदा, किसी नू गां, किसी नू मझ, किसी नू बाखड़ी, ये मामलात सारे ही रले मिले हुंदे ने। बकाया तुसीं इंशाल्लाह यह देख लेनी है गां तीसरे या चौथे या किन्नवें सूए आ, जिहड़ा भी मामला ते ये बाबे दी जबानी तुहानू पुछ के देंगे। ये इंशाल्लाह बकाया बाबा बड़ियां गल्लां दोधियां कीती जांदा, ये इंशाल्लाह बाबे नू पुछांगे अल्लाह दे हुक्म नाल की इहदे मामलात ने। अस्सलाम वालेकुम। उच्ची बोलना जी, मैं अगे बोलदा जी। वालेकुम सलाम, की हाल ठीक जी? ठीक ठाक। अच्छा पहली गल सानू ये दसनी है कि गल्लां आपां सही करनियां ने, क्यों आवाज रिकॉर्ड होनी ते गां किन्नवां वार हुण सूई? जर्मन तीजा, ਮੈਨੂੰ ਚੌਥਾ ਲੱਗਦਾ। ਤੀਜਾ ਤੀਜਾ ਜਨਮ ਆਨੇ। ਅੱਛਾ ਦੰਦ ਪਾੜ ਕੇ ਤੱਕ ਲਾ। ਇਹ ਤੀਜਾ ਵਾਰਾ ਇਹ ਹੁਣ ਸੂਈ ਹੈ ਗਾਂ, ਇਹ ਕਿਹੜੀ ਨਸਲ ਦੀ ਆ, ਕੀ ਮਾਮਲਾਤ ਨੇ? ਇਹ ਫ੍ਰੀਜ਼ਨ ਨਸਲ ਦੀ ਹੈ। ਅੱਛਾ ਤੇ ਕ੍ਰਾਸ ਕਾ ਜੀ? ਵਲੈਤੀ ਦਾ ਕ੍ਰਾਸ ਹੈ। ਫ੍ਰੀਜ਼ਨ ਤੇ ਵਲੈਤੀ ਦਾ ਕ੍ਰਾਸ ਹੈ, ਇਸ ਤਰ੍ਹਾਂ ਹੀ ਹੈ। ਅੱਛਾ ਤਰ੍ਹਾਂ। ਅੱਛਾ ਇਹ ਹੁਣ ਕਿੰਨੇ ਦਿਨਾਂ ਦੀ ਸੂਈ ਹੈ? ਇਹ ਅੱਜ ਰਾਤ ਦੀ ਸੂਈ ਹੈ। ਅੱਛਾ ਰਾਤ ਦੀ ਇਹ ਸੂਈ ਹੈ ਤੇ ਆਪਣਾ ਚੋਣ ਚੂਣ ਠੀਕ ਹੈ? ਸਾਫ ਸੁਥਰੀ। ਅੱਛਾ ਸਾਫ ਸੁਥਰੀ ਇਹਦੀ ਚੁਆਈ ਹੈ। ਅੱਛਾ ਹੁਣ ਇਹਦੇ ਕੋਲ ਦੁੱਧ ਕਿੰਨਾ, ਮਿਸਾਲ ਸੁਬਹਾ ਇਹਨੇ ਦਿੱਤਾ ਜਾਂ ਸ਼ਾਮ ਨੂੰ ਦਿੱਤਾ, ਜਾਂ ਇਹਨੇ ਕਿੰਨਾ ਦੇਣਾ, ਕੀ ਇਹਦਾ ਮਾਮਲਾ ਤਾ? ਇਹ ਜਨਾਬ ਤੁਹਾਨੂੰ ਖੀਰ ਦੇਗੀ 25 ਤੋਂ 30 ਕਿਲੋ। ਖੀਰ ਦੇਗੀ 25 ਤੋਂ 30 ਕਿਲੋ? 30 ਕਿਲੋ ਖੀਰ ਤਾਂ 25 ਤੋਂ 30 ਕਿਲੋ 24 ਘੰਟਿਆਂ ਦੀ ਬਾਬਾ ਬੜੀ ਖੀਰ ਆ। ਖੀਰ ਦੇ ਦੱਸੋ ਵੀ ਮੱਝ ਵਹਾ ਜਾਂ ਗਾਂ ਵਹਾਈ ਜਾਂ ਤਸੱਲੀ ਨਾਲ? ਅੱਛਾ ਇਹ ਜਨਮਨ ਜਨਮਨ ਜਿੰਨਾ ਦੁੱਧ ਕਰੇਗੀ ਉਹ ਗੱਲ ਦੱਸ। 25 ਲੀਟਰ ਕਰਦੀ। 25 ਲੀਟਰ ਜਨਮਨ। ਅੱਛਾ ਤੇ ਜੇ ਤੈਨੂੰ ਕੋਈ ਬਿਆਨਾ ਬੰਦਾ ਕਰ ਲਵੇ, ਤੇਰਾ ਸੌਦਾ ਹੋ ਜਾਵੇ ਕਿਸੇ ਨਾਲ, ਕਰ ਲਈਏ, ਬੰਦਾ ਕਵੇ ਮੈਂ ਬਿਆਨਾ ਕਰਦਾ 50,000 ਤੇ ਮੈਨੂੰ 25 ਲੀਟਰ ਚਵਾ ਦਿਓ, ਫਿਰ ਚਵਾ ਦੇਣਾ? ਚਵਾ ਦੇ ਸਰ। ਕਿਤਨੇ ਦਿਨ ਚਵਾ ਦੇ ਸੀ? ਅੱਜ ਤੋਂ 8ਵੇਂ ਦਿਨ। ਲਓ ਜੀ ਅੱਜ ਤੋਂ 8ਵੇਂ ਦਿਨ ਬਾਬਾ ਕਹਿੰਦਾ 25 ਲੀਟਰ ਦੁੱਧ ਇਹਨੂੰ ਛੱਡ ਯਾਰ, 25 ਲੀਟਰ ਦੁੱਧ 8ਵੇਂ ਦਿਨ ਚਵਾ ਦਿਆਂਗੇ, ਮਗਰ ਇਹਦੇ ਬੱਚਾ ਰਾਤ ਸੂਈ ਹੈ। ਬਕਾਇਆ ਇਹਦੀ ਉਮਰ, ਇਹਦਾ ਮਾਮਲਾਤ, ਇਹਦਾ ਹਿਸਾਬ ਕਿਤਾਬ ਤੁਸੀਂ ਵੀ ਦੇਖ ਲੈਣਾ ਵਾ। ਗਵਾਲਣ ਬੜੀ ਵੱਡੀ ਵੈਡ ਗਾਂ ਵਾ, ਇਹ ਅੱਲਾ ਦੇ ਉੱਪਰ ਨੂੰ ਇੱਧਰ ਉਹ ਉੱਥੇ ਚੱਲ ਧੁੱਪੇ ਯਾਰ, ਧੁੱਪ ਵੱਲ ਚੱਲ ਸਾਰੀ, ਇਹ ਤਾਂ ਡੱਬ ਕੜੱਬੀ ਛਾਂ ਵਾ। ਇਹ ਬੜੀ ਵੱਡੀ ਜਵਾਨ ਪੂਰੀ ਹੈ, ਬਿਲਕੁਲ ਸਹੀ, 9 ਉਮਰ 9, ਬਿਲਕੁਲ ਕੋਈ ਬਿਮਾਰ ਕੋਈ ਮਾਮਲਾਤ ਨਹੀਂ ਹੈ ਮੇਰਾ, ਕਿਉਂਕਿ ਬਿਲਕੁਲ ਸਹੀ ਤੁਰਦੀ ਪਈ। ਰਾਤ ਸੂਈ ਸੁਬਹਾ ਬੋਲਾ ਕੱਢਿਆ ਨੇ ਅਤੇ ਬਾਬਾ ਇਹ ਗੱਲ ਕਹਿੰਦਾ 25 ਲੀਟਰ ਦੀ ਸਾਡੀ ਇਹਦੀ ਗਰੰਟੀ ਹੋਵੇਗੀ। ਕੋਈ ਬੰਦਾ ਗਵਾਲ ਵਾਲਾ ਦੁੱਧ ਵਾਲਾ ਇਹਦਾ ਕਰ ਲੈਂਦਾ ਸੌਦਾ, ਉਹ ਕਰ ਲੈਂਦਾ ਬਿਆਨਾ, ਉਸ ਤੋਂ ਬਾਅਦ ਇਹਦਾ 25 ਲੀਟਰ ਦੁੱਧ 20 ਤੋਂ ਪਲੱਸ 25 ਲੀਟਰ ਦੁੱਧ ਚਵਾ ਕੇ ਇਹ ਦਿੱਤਾ ਜਾਵੇਗਾ। ਬਕਾਇਆ ਕਿਸੇ ਦੇ ਗਾਂ ਪਸੰਦ ਆਵੇ ਤਾਂ ਕਮੈਂਟ ਮਾਸ਼ਾਅੱਲਾ ਦੀ ਜ਼ਰੂਰ ਕਰਿਆ ਕਰੋ, ਲੈਣਾ ਦੇਣਾ ਹੁੰਦਾ ਬਰਾਤ ਦਾ। ਬਾਬਾ ਮੋਲੇ ਦਾ ਮੁਹੱਬਤਾਂ ਵਾਲਾ ਪਿਆਰ ਵਾਲਾ ਲਾਉਣਾ, ਉਹ ਗੱਲ ਨਹੀਂ ਕਰਨੀ ਜਿਹੜੀ ਮਾਮਲਾਤ ਰਲੇ ਹੀ ਨਾ ਅਤੇ ਲੋਕ ਕਹਿਣ ਐਵੇਂ ਬਾਬੇ ਨਾਲ ਰਲ ਕੇ ਇਹ ਮਾਮਲਾਤ ਕੀਤੇ ਜਾਂਦੇ ਨੇ, ਇਵੇਂ ਦੀ ਗੱਲ। ਉੱਧਰ ਦੀ ਆਵਾਜ਼ ਆ ਦੱਸ ਜਨਮਨ ਗਾਂ ਤੁਹਾਨੂੰ 3,90,000 ਇਹਦੇ 'ਚੋਂ ਗੁੰਜਾਇਸ਼ ਵੀ ਹੋਵੇਗੀ ਜਦੋਂ ਕੋਈ ਸੌਦਾ ਕਰੇਗਾ? ਹੋਏਗੀ ਨਾ? ਅੱਛਾ ਲਓ ਜੀ 3,90,000 ਰੁਪਈਆ ਦੀ ਡਿਮਾਂਡ ਆ ਇਹ ਬੱਚਾ ਵਹਾ ਜਾ। 3,90,000 ਰੁਪਈਆ ਬਾਬਾ ਕਹਿੰਦਾ ਇਹਦੀ ਡਿਮਾਂਡ ਆ, ਵਿੱਚ ਦੇ ਪਿਆਰ ਮੁਹੱਬਤ ਉਸ ਟਾਈਮ ਹੋਏਗਾ ਜਦੋਂ ਕੋਈ ਸੌਦਾ ਕਰੇਗਾ ਜਾਂ ਲਵੇਗਾ ਜਾਂ ਕੋਈ ਲੈਣ ਆਵੇਗਾ ਉਦੋਂ, ਅਤੇ ਮਿਸਾਲ ਹੋਰ ਵੀ ਮਾਮਲਾਤ ਹੋਣਗੇ। ਇਹ ਵੇਖ ਲਓ ਬਿਲਕੁਲ ਤਾਜ਼ਾ ਬਰਾਤ ਆਪਣਾ। ਇਹ ਬੱਚਾ ਕਿਹੜੀ ਨਸਲ ਦਾ ਜੀ? ਇਹ ਵੀ ਫ੍ਰੀਜ਼ਨ ਕਰਾਸ ਦੇ ਚੱਟ ਚਿੜਕੇ ਬੰਦੇ ਨੇ, ਐਡਾ ਤਜਰਬਾ, ਇੰਨੀਆਂ ਗੱਲਾਂ ਮਾਮਲਾਤ ਨਹੀਂ ਗੀਆਂ। ਇਹ ਵੇਖ ਲਓ ਬਕਾਇਆ ਥਣ ਗਾਂ ਨੂੰ ਮੱਝ ਵਾਲਾ ਹਵਾਨਾ ਫਾੜੀ ਵਾਲਾ, ਬਿਲਕੁਲ ਟੁੱਟਵਾਂ ਨਹੀਂ ਗਾ, ਗਾਂ ਨੂੰ ਹਵਾਨਾ ਵੱਡਾ,
गां बिल्कुल नवंबर इंशाल्लाह बकाया सारे मामला तुसी देख लेने। गां नूं बड़ा हवाना वड्डा सी जदों कहिंदे सूण वाली सी, ते अज ही सुबह सूई है। मेरा ख्याल अज 20 तरीक है, पंजवां महीना है, अज सुबह सूई ये 390,000 रुपया बाबा मंगदा। नाल ये गल कहिंदा कि 25 लीटर दुध की गरंटी भी बाबा दे रहा नाल। बकाया तुसी वेख ली सारी गां, सारा मामला पट्ठे सही खा रही। अल्लाह दे नाल जिन्नी किसी ने सेवा करनी सेवा नाल ही मेवा वा। तो जे जा के किसी ने पराली तो बनती फिर तो दुद्ध इन्हें 25 का खाई की देना, इन्हें 5 भी नहीं देना। तो ये गावं की जिनी सेवा करिए उन्ना ही दुद्ध जिन्ना मर्जी इन्हों को लै लीए। बकाया थन वहा यार, थन बड़ा प्यारा वंडा वाला मझा वाला। बकाया बोलन नाल नहीं गल बननी, ए तो पिछली गल गल तो बननी अल्लाह दुख नाल गां दे या तुहाडे राय नाल सलाह वाला। यह गां बिल्कुल नस्ल जात तुसी चेक कर ली, बिल्कुल गां क्लीयर आ इनशाला। 390,000 डिमांड बिल्कुल प्यार मुहब्बत वाली कराई है, ज़्यादा नहीं कराई कि पंडा चक के लगे फिरना। कोई पंड का वजन कोई पुछे ही ना भी पंड क्यों चक्की हुई है। बकाया इनशाला उम्मीद करा कि वीडियो थोड़े पसंद आएगी। ये इनशाला मिलते अच्छी तो बेहतरीन वीडियो। अल्लाह ने एक बार पाकिस्तान जिंदाबाद, पाक आर्मी जिंदाबाद।